मैं माणयोग मुख्यमंत्री भगवंत मान नूं बेनती करदा हां कि 30 मिनट तो वधा के समा सुनील जाखड़ दा 50 मिनट किया जाए की पता वह बीजेपी दे नाल कांग्रेस दा पक्ष भी पूर लैण। ये जिहड़े बयान ने मंत्री कुलदीप धालीवाल दे वल्लों दिते जा रहे ने ते दस दईए कि ओपन डिबेट दे लई थोड़ा समा रह गया है ते जिस दे विच मुख्यमंत्री भगवंत मान ने हर अपने एक विरोधी नूं 30 मिनट दा समा दिता है ते कहा है लुधियाणे दे विच जिहड़ी डिबेट होगी उसनूं हर एक विरोधी नूं जिहड़ा 30 मिनट दा बोलण नूं लैके समा दिता जाएगा तो मैं पंजाब बोलता हाँ। इस डिबेट का नाम भी रखा गया है तो हुण कुलदीप धालीवाल का इस मुद्दे को लैके वड्डा बयान सामने आया है और उन्होंने दूजे पासे विरोधियों पर निशाने भी साधे ने ते कहा है कि मैं माणयोग मुख्यमंत्री भगवंत मान नूं बेनती करदा हां कि जिहड़े बीजेपी के प्रधान सुनील जाखड़ ने उन्हां दा जिहड़ा समा है वह वधाया जाए की पता वह बीजेपी के नाल कांग्रेस का भी पक्ष पूरदे होण। अजिहे जिहड़े बयान दिते जा रहे ने पूरे मुद्दे को लैके सुणदे हां मंत्री कुलदीप धालीवाल का की कहना है। वाहिगुरू जी का खालसा ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ ਕੈਬਨਿਟ ਮਿਨਿਸਟਰ ਪੰਜਾਬ ਤੁਹਾਡੇ ਨਾਲ ਬਸ 2 ਮਿੰਟ ਲੈਣੇ ਆ। 2 ਮਿੰਟ ਦੇ ਵਿੱਚ ਹੀ ਮੈਂ ਕਿਉਂਕਿ 2-3 ਦਿਨ ਹੀ ਰਹਿ ਗਏ 1 ਨਵੰਬਰ ਪੰਜਾਬ ਡੇ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਪ੍ਰੋਗਰਾਮ ਰੱਖਿਆ ਮੈਂ ਪੰਜਾਬ ਬੋਲਦਾ ਹਾਂ ਲੁਧਿਆਣੇ ਦੇ ਵਿੱਚ ਉਹ ਬਹੁਤ ਹਿਸਟੋਰੀਕਲ ਹੈ ਉਹ ਪੰਜਾਬ ਦੇ ਇਤਿਹਾਸ ਦੇ ਵਿੱਚ ਇੱਕ ਮੀਲ ਪੱਥਰ ਸਾਬਤ ਹੋਊਗਾ। ਪਹਿਲੇ ਮੁੱਖ ਮੰਤਰੀ ਆ ਜਿਨ੍ਹਾਂ ਨੇ ਦਲੇਰੀ ਭਰਿਆ ਕਦਮ ਚੁੱਕਿਆ ਔਰ ਪੰਜਾਬ ਦੇ ਮੁੱਦਿਆਂ ਦੇ ਗੱਲ ਕਰਨ ਵਾਸਤੇ ਕਿ ਪਿਛਲੇ 75 ਸਾਲਾਂ 'ਚ ਅਕਾਲੀ ਕਾਂਗਰਸੀ ਤੇ ਬੀਜੇਪੀ ਨੇ ਕੀ ਕੀਤਾ, ਅਸੀਂ 18 ਮਹੀਨਿਆਂ 'ਚ ਕੀ ਕੀਤਾ, ਇਹਦੇ 'ਤੇ ਗੱਲ ਕਰ ਲਈ ਉਹਨਾਂ ਨੇ ਇਹ ਜਿਹੜਾ ਪ੍ਰੋਗਰਾਮ ਰੱਖਿਆ। ਸੋ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਅਕਾਲੀ ਦਲ ਨੂੰ ਸੱਦਾ ਦਿੱਤਾ, ਬੀਜੇਪੀ ਨੂੰ ਦਿੱਤਾ, ਕਾਂਗਰਸ ਨੂੰ ਦਿੱਤਾ। ਮੈਂ ਪਿਛਲੇ 2-3 ਦਿਨ ਤੋਂ ਵੇਖ ਰਿਹਾ ਸੀਗਾ ਕਿ ਸੁਨੀਲ ਜਾਖੜ ਜੀ ਜਿੱਦਾਂ ਦੇ ਬਹਾਨੇਬਾਜ਼ੀਆਂ ਕਰ ਰਹੇ ਆ, ਜੋ ਕੁਝ ਕਹਿ ਰਹੇ ਆ। ਮੇਰੀ ਮੈਂ ਆਪਣੇ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਨੀ ਚਾਹੁੰਦਾ ਮਾਨ ਸਾਹਿਬ ਜੀ ਨੂੰ ਕਿ ਮਾਨ ਸਾਹਿਬ ਸੁਨੀਲ ਜਾਖੜ ਜੀ ਦਾ ਟਾਈਮ 30 ਮਿੰਟ ਤੁਸੀਂ ਕੱਲ ਪ੍ਰੋਗਰਾਮ ਜਿਹੜਾ ਅਨਾਊਂਸ ਕੀਤਾ 30-30 ਮਿੰਟ ਦੇਣੇ ਆ, ਸੁਨੀਲ ਜਾਖੜ ਜੀ ਨੂੰ 50 ਮਿੰਟ ਦੇ ਦਿਓ ਕਿਉਂਕਿ ਇਹਨਾਂ ਦੀ ਸਾਰੀ ਉਮਰ ਕਾਂਗਰਸ 'ਚ ਲੰਘੀ ਹੈ। ਕਾਂਗਰਸ ਦੇ ਵਿੱਚ ਇਹਨਾਂ ਦੇ ਪਿਤਾ ਜੀ ਚੌਧਰੀ ਬਦਾਮ ਜਾਖੜ ਜੀ ਬਹੁਤ ਵੱਡੇ ਲੀਡਰ ਸਨ, ਉਹ ਮਤਲਬ ਲੋਕ ਸਭਾ ਦੇ ਸਪੀਕਰ ਰਹੇ, ਖੇਤੀਬਾੜੀ ਮੰਤਰੀ ਰਹੇ, ਨਹਿਰੂ ਪਰਿਵਾਰ ਦੇ ਬਹੁਤ ਨੇੜੇ ਸਨ। ਪਰ ਜਿੱਦਾਂ ਮੈਂ ਪੜਿਆ ਸੁਣਿਆ ਆਪਣੀ ਅੱਖਾਂ ਦੇ ਨਾਲ, ਮੈਂ ਦੇਖਿਆ ਕਿ ਜਦੋਂ ਵੀ ਪੰਜਾਬ ਦੇ ਨਾਲ ਬੇਇਨਸਾਫੀ ਕੀਤੀ ਹੈ ਦੇਸ਼ ਦੇ ਹੁਕਮਨਾਮਾ ਨੇ, ਤਾਂ ਉਦੋਂ ਜਾਖੜ ਪਰਿਵਾਰ ਹੁਕਮਨਾਮਾ ਦੇ ਨਾਲ ਖੜਦਾ ਰਿਹਾ। ਇਹਨਾਂ ਨੇ ਪੰਜਾਬ ਲਈ, ਖਾਸ ਤੌਰ ਤੇ ਸਿੱਖਾਂ ਲਈ ਕੋਈ ਇੱਦਾਂ ਦਾ ਕੰਮ ਨਹੀਂ ਕੀਤਾ ਜਿਹੜਾ ਕਹਿ ਸਕਣ। ਚਾਹੇ ਉਹ SYL ਦੇ ਉੱਤੇ ਟੱਕ ਲਾਉਣ ਦੀ ਗੱਲ ਸੀਗੀ, ਕਪੂਰੀ ਦੇ ਵਿੱਚ ਇੰਦਰਾ ਗਾਂਧੀ ਜੀ ਦੇ ਨਾਲ ਖੜੇ ਸੀਗੇ ਚੌਧਰੀ ਬਦਾਮ ਜਾਖੜ ਤੇ ਕੈਪਟਨ ਅਮਰਿੰਦਰ ਸਿੰਘ। ਸੋ ਜਦੋਂ ਦਿੱਲੀ ਦੇ ਵਿੱਚ 84 ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ, ਸਿੱਖਾਂ ਨੂੰ ਜਿੰਦੇ ਟਾਇਰ ਪਾ ਕੇ ਸਾੜ ਦਿੱਤਾ ਗਿਆ, ਉਦੋਂ ਵੀ ਚੌਧਰੀ ਬਦਾਮ ਜਾਖੜ ਬਹੁਤ ਵੱਡੇ ਲੀਡਰ ਸਨ। ਮੈਂ ਅੱਜ ਤੱਕ ਕਿਸੇ ਕਿਤਾਬ ਦੇ ਵਿੱਚ ਜ਼ਿਕਰ ਨਹੀਂ ਪੜਿਆ ਜਿੱਥੇ ਕਦੇ ਉਹਨਾਂ ਨੇ ਸਿੱਖਾਂ ਦੇ ਵਿੱਚ ਸਿੱਖਾਂ ਦੇ ਹੱਕ ਦੇ ਜਹਾਦ ਦਾ ਨਾਰਾ ਮਾਰਿਆ ਹੋਵੇ, ਕਦੀ ਉਹਨਾਂ ਪੰਜਾਬ ਦੇ ਹੱਕ ਦੇ ਵਿੱਚ ਨਾਰਾ ਮਾਰਿਆ ਹੋਵੇ। ਮਤਲਬ ਮੇਰੇ ਕਹਿਣ ਦਾ ਮਤਲਬ ਹੈ ਕਿ ਜਦੋਂ ਵੀ ਮਤਲਬ ਪੰਜਾਬ ਨਾਲ ਬੇਇਨਸਾਫੀ ਹੁੰਦੀ ਹੈ, ਜਾਖੜ ਪਰਿਵਾਰ ਉਦੋਂ ਦੇਸ਼ ਦੀ ਹਕੂਮਤ ਦੇ ਨਾਲ ਖੜ ਜਾਂਦਾ, ਉਹ ਪੰਜਾਬ ਦਾ ਨਹੀਂ ਖੜਦਾ, ਸਿੱਖਾਂ ਦਾ ਨਹੀਂ ਖੜਦਾ। ਹੁਣ ਵੀ ਮਤਲਬ ਜਦੋਂ ਪਿਛਲੇ ਸਾਲਾਂ ਦੇ ਵਿੱਚ ਅਜੇ 2 ਸਾਲ ਹੀ ਹੋਏ ਆ, ਬਹੁਤ ਵੱਡਾ ਕਿਸਾਨ ਮੋਰਚਾ ਜਿਹੜਾ ਜਿਹਨਾਂ ਪੂਰੇ ਹਿੰਦੁਸਤਾਨ ਦੇ ਕਿਸਾਨ ਅੰਦੋਲਨ ਦੀ ਮਤਲਬ ਜਿਹੜੀ ਰੂਪਰੇਖਾ ਹੀ ਬਦਲ ਦਿੱਤੀ ਦਿੱਲੀ ਦੀਆਂ ਸੜਕਾਂ ਦੇ ਉੱਤੇ, 1.5 ਸਾਲ ਦੇ ਵਿੱਚ 750 ਕਿਸਾਨ ਸ਼ਹੀਦ ਹੋਇਆ ਆਪਣੇ ਕਾਲੇ ਕਾਨੂੰਨਾਂ ਦੇ ਖਿਲਾਫ, ਮੋਦੀ ਦੇ ਖਿਲਾਫ 750 ਜਿਹੜਾ ਕਿਸਾਨ ਸ਼ਹੀਦ ਹੋਇਆ। ਤੇ ਅੱਜ ਫੇਰ ਜਿਹੜਾ ਪੰਜਾਬ ਦਾ ਜਾਖੜ ਪਰਿਵਾਰ ਆ ਸੁਨੀਲ ਜਾਖੜ ਜੀ ਅੱਜ ਬੀਜੇਪੀ ਦੇ ਨਾਲ ਖੜੇ, ਜਿਨ੍ਹਾਂ ਨੇ ਏਡੀ ਵੱਡੀ ਬੇਇਨਸਾਫੀ ਕੀਤੀ, 1 ਨਹੀਂ 2 ਨਹੀਂ 750 ਕਿਸਾਨ ਸਰ ਸ਼ਹੀਦ ਹੋਇਆ। ਸੋ ਮਾਨ ਸਾਹਿਬ ਮੇਰੀ ਤੁਹਾਨੂੰ ਬੇਨਤੀ ਹੈ ਕਿ ਬਹਿਸ ਦੇ ਵਿੱਚ ਜਾਖੜ ਸਾਹਿਬ ਦਾ ਟਾਈਮ ਜਿਹੜਾ 30 ਮਿੰਟ ਤੋਂ ਵਧਾ ਕੇ 50 ਮਿੰਟ ਕਰ ਦਿਓ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਵੀ ਇਹਨਾਂ ਦੇ ਨਾਲ ਹੀ ਅੱਜ ਕੱਲ੍ਹ ਬੀਜੇਪੀ ਦੇ ਵਿੱਚ ਨੇ, ਇਕੱਠਿਆਂ ਹੀ SYL ਦਾ ਇਹਨਾਂ ਦੇ ਪਰਿਵਾਰ ਨੇ ਤੇ ਕੈਪਟਨ ਦੇ ਪਰਿਵਾਰ ਨੇ ਜਿਹੜਾ ਟੱਪ ਲਾਇਆ ਹੈ, ਜਿਹੜਾ ਖੂਨੀ ਟੱਪ ਸੀਗਾ, ਪੰਜਾਬ ਦੇ ਹਾਲਾਤ ਖਰਾਬ ਹੋ ਗਏ, ਕਿੱਥੋਂ ਦੇ ਕਿੱਥੇ ਗੱਲ ਚੱਲ ਗਈ। ਸੋ ਮੈਨੂੰ ਲੱਗਦਾ ਕਿ ਜਾਖੜ ਸਾਹਿਬ ਨੂੰ ਟਾਈਮ CM ਸਾਹਿਬ ਵੱਧ ਦੇਣਾ ਚਾਹੀਦਾ, ਕਿਉਂਕਿ ਹੋ ਸਕਦਾ ਉਹਨਾਂ ਨੇ ਕੋਈ ਕਾਂਗਰਸ ਦਾ ਪੱਖ ਰੱਖਣਾ ਹੋਵੇ, ਕਿਉਂਕਿ ਸਾਰੀ ਉਮਰ ਤੇ ਕਾਂਗਰਸ ਚ ਲੰਘੀ ਹੈ। ਹੁਣ ਵੀ ਉਹਨਾਂ ਕੋਲ ਆਪਾਂ ਜਵਾਬ ਲਾਂਗੇ ਕਿ 750 ਕਿਸਾਨ ਸ਼ਹੀਦ ਹੋਇਆ ਜੀ, ਇਹਨਾਂ ਦਾ ਵੀ ਲੇਖਾ ਜੋਖਾ ਕਰੋ। ਸੋ ਮੇਰੀ CM ਸਾਹਿਬ ਤੁਹਾਨੂੰ ਬੇਨਤੀ ਹੈ ਕਿ ਟਾਈਮ ਵਧਾ ਦਿਓ, ਜਾਖੜ ਸਾਹਿਬ ਦਾ ਟਾਈਮ ਵਧਾ ਦਿਓ। ਬੜੇ ਬਹਾਨੇ ਲਾਉਂਦੇ ਆ, ਕਦੀ ਨਾਟਕਾਂ ਦਾ ਬਹਾਨਾ, ਕਦੀ ਉਹ ਰਵਿੰਦਰ ਨਾਥ ਟੈਗੋਰ ਜੀ ਦਾ ਬਹਾਨਾ, ਜਿਹੜੇ ਵੱਡੇ ਨਾਟਕਕਾਰ ਸੀਗੇ ਉਹ, ਜਿਨ੍ਹਾਂ ਨੂੰ ਮਤਲਬ ਨੋਬਲ ਪੁਰਸਕਾਰ ਮਿਲਿਆ ਸੀਗਾ, ਉਹਨਾਂ ਦੀ ਜਹਾਜ਼ 'ਚ ਬਣੇ ਥੀਏਟਰ ਨੂੰ ਵੀ ਉਹ ਕਹੀ ਜਾਂਦੇ ਕੁਛ ਸੀਗਾ। ਪੰਜਾਬ ਦੀ ਨਾਟਕ ਕਲਾ ਬਾਰੇ ਉਹਨਾਂ ਦੇ ਜਿਹੜੇ ਕਮੈਂਟ ਆਏ ਉਹ ਬੜਾ ਦੁੱਖ ਹੋਇਆ। ਕੱਲ ਨਿਰਮਲ ਚੌੜੇ ਬਾਰੇ ਜੋ ਉਹਨਾਂ ਨੇ ਏਡੇ ਟੌਪ ਦੇ ਪ੍ਰੋਫੈਸਰ ਦੇ ਡਾਇਰੈਕਟਰ ਬਾਰੇ ਜਿਹੜੇ ਕਮੈਂਟ ਕੀਤੇ ਆ ਸਰ, ਇਹ ਮੈਨੂੰ ਲੱਗਦਾ ਕਿ ਜਾਖੜ ਸਾਹਿਬ ਭੱਜਣਾ ਚਾਹੁੰਦੇ ਸੋ CM ਸਾਹਿਬ,
प्लीज बेनती है जाखड़ साहब का टाइम वधा दिओ क्योंकि इन्हां नूं हो सकदा कांग्रेस पक्षों वालों भी बोलना पै जाए बीजेपी वालों बोलना पै जाए। यह मैं अपने मुख्यमंत्री साहब नूं अपील करनी चाहुंदा है कि जाखड़ साहब उनको नवा बहाना ना ला दें, दो तीन दिन रह गए आ जाण यूनिवर्सिटी दे विच। यही मैं मुख्यमंत्री जी नूं बेनती करनी सी।